ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਬਾਦ ਦੇ ਹਾਂ ਜੀ ਹੁਣ ਦੇ ਪਹਿਲੀ ਵੱਡੀ ਖਬਰ ਦੇ ਵੱਲ ਭਗਵਾਨਤ ਮਾਨ ਹੁਣ NHAI ਦੇ ਟੋਲ ਪਲਾਜ਼ਾ ਮਗਰ ਪਏ ਕੇਂਦਰ ਨੂੰ ਕਿਹਾ ਤਾਂ ਕਿ ਸ਼ਾਈ ਬੰਦ ਕਰਵਾਓ ਇੱਥੇ ਨਹੀਂ ਚੱਲਣ ਦੇਣੀ ਤਾਂ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਨ ਗਠਕ੍ਰਿ ਨੂੰ ਜਲੰਧਰ ਹੁਸ਼ਿਆਰਪੁਰ ਰੋਡ ਆ ਖਾਸ ਕਰਕੇ ਆਦਮਪੋਰਾ ਫਲਾਈਓਵਰ ਦਾ ਕੰਮ ਪੂਰਾ ਕਰਨ ਦੇ ਲਈ ਦਾਖਲਾ ਦੇਣ ਦੇ ਲਈ ਕਿਹਾ ਮੁੱਖ ਮੰਤਰੀ ਨੇ ਜਲੰਧਰ ਤੋਂ ਲੋਕ ਸਭਾ ਮੈਂਬਰ ਸ਼ਸ਼ੀਲਕ ਕੁਮਾਰ ਰੈਂਕੂ ਸਮੇਤ ਨਵੇਂ ਦਿੱਲੀ ਵਾਚਾ ਨਿਤਨ ਗਠਕ੍ਰਿ ਦੇ ਨਾਲ ਉਹਨਾਂ ਦੇ ਰਹਿਸ਼ਤੇ ਮੁਲਾਕਾਤ ਕੀਤੀ ਮੁੱਖ ਮੰਤਰੀ ਨੇ ਗਾਰਡਕਰੀ ਨੂੰ ਅਸ ਪ੍ਰੋਜੈਕਟ ਬਾਰੇ ਜਾਣੂ ਕਰਵਾਇਆ ਜੋ ਲੰਬੇ ਸਮੇਂ ਤੋਂ ਲੜਕ ਰਿਹਾ ਤੇ ਉਨ੍ਹਾਂ ਕਿਹਾ ਇਸ ਦੇ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜਿਸ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਮੰਗ ਨੂੰ ਪ੍ਰਵਾਨ ਕਰਦਿਆਂ ਕੇਂਦਰੀ ਮੰਤਰੀ ਨੇ ਭਗਵੰਤ ਮਾਨ ਨੂੰ ਭਰੋਸਾ ਦਿਵਾਇਆ ਹੈ ਕਿ ਇਹ ਸਾਰਾ ਪ੍ਰੋਜੈਕਟ ਨੂੰ ਜਲਦ ਹੀ ਪੂਰਾ ਕਰ ਲਿਆ ਜਾਵੇਗਾ ਤੇ ਉਹ ਕੰਮ ਦੀ ਰਫ਼ਤਾਰ ਦੇਖ ਉਹ ਨਿਗਰਾਨੀ ਕਰਨਗੇ ਮੋਗਾ ਦੇ ਵਿੱਚ ਸੁਨਿਆਰੇ ਦਾ ਕਤਲ ਤੇ ਲਾਟਾ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਕੀਤਾ ਇਹ ਵੱਡਾ ਦਾਵਾ ਜਾਣੋ ਹੁਣ ਤੱਕ ਦੀ ਅਪਡੇਟ ਤਾਂ ਦੋਸਤੋ ਮੁੱਗਾ ਦੇ ਵਿੱਚ ਜੁਵੈਲਰੀ ਸ਼ਾਪ ਦੇ ਵਿੱਚ ਲਾਟਾ ਤੇ ਕਤਲ ਦਾ ਮਾਮਲੇ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਆ ਦੱਸਦੇ ਆ ਕਿ ਪੁਲਿਸ ਦੇ ਵੱਲੋਂ ਮਾਮਲੇ ਦੇ 5 ਦੇ 5 ਮੁਲਜ਼ਮਾਂ ਨੂੰ ਟਰੇਸ ਕਰਨ ਦਾ ਦਾਵਾ ਕੀਤਾ ਜਾ ਰਿਹਾ ਦੱਸਦੇ ਆ ਕਿ 5 ਹਥਿਆਰਬੰਦ ਹਮਲਾਵਰਾਂ ਨੇ ਬਾਹਰ ਦਾਤ ਨੂੰ ਇਹ ਅੰਜਾਮ ਦਿੱਤਾ ਸੀ ਗਾਕ ਬਣ ਕੇ ਆਏ ਹਮਲਾਬਰ ਸੁਨਿਆਰੇ ਦਾ ਕਤਲਾ ਕਰ ਗਏ ਨੇ ਅਤੇ ਨਕਦ ਦੇ ਲੁੱਟ ਕੇ ਫਰਾਰ ਹੋ ਗਏ ਸਿੱਤੇ ਐਸਾ ਵਾਰਦਾਤ ਤੋਂ ਬਾਅਦ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਅਗਲੀ ਵੱਡੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਣ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤ ਘੰਟੇਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਮਰਤਪਾਲ ਦੇ ਸਹਿਯੋਗੀ ਤੇ ਖਾਲਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਅਵਤਾਰ ਸਿੰਘਾ ਖੰਡਾ ਦੀ ਯੂਕੇ ਵਿੱਚ ਮੌਤ ਤਾਂ ਦੋਸਤੋ ਬਾਰੇਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘਾ ਦੀ ਪੰਜਾਬ ਦੀਆਂ ਜੜਾਂ ਅਵਤਾਰ ਸਿੰਘਾ ਖੰਡਾ ਦਾ ਲੰਡਨ ਦੇ ਹਸਪਤਾਲ ਦੇ ਵਿੱਚ ਮਾਤ ਹੋ ਗਿਆ ਤੇ ਇਸ ਗੱਲ ਦੀ ਪੁਸ਼ਟੀ ਜੱਦੇ ਪੈਂਡਾ ਖੰਡਾ ਖੋਕਰਾਨਾ ਦੇ ਵਸਨੀਕਾਂ ਕਿਤੇ ਪਿੰਡ ਵਸਨੀਕਾਂ ਦੱਸਿਆ ਹੈ ਕਿ ਸੰਗਰਾਮ ਦਾ ਦਿਨ ਹੁਣ ਕਾਰਨ ਪਿੰਡ ਦੇ ਜ਼ਿਆਦਾਤਰ ਲੋਕ ਸਵੇਰ ਤੋਂ ਹੀ ਸ੍ਰੀ ਗੁਰਦੁਆਰਾ ਸਾਹਿਬ ਮੱਥਾਟੇ ਕੰਦਲੀ ਪਹੁੰਚ ਰਹੇ ਸੰਤੇ ਜਥੇ ਉਹਨਾਂ ਨੂੰ ਅਵਤਾਰ ਸਿੰਘਾ ਖੰਡਾ ਦੇ ਮੌਤ ਦੀ ਖਬਰ ਮਿਲੀ ਅਤੇ ਭਾਵੇਂ ਅਵਤਾਰ ਸਿੰਘਾ ਖੰਡਾ ਪ੍ਰਦੇਸ਼ ਜਾਣ ਤੋਂ ਕਾਜ ਸਾਲ ਪਹਿਲਾਂ ਆਪਣੀ ਮਾਂ ਅਤੇ ਭੈਣ ਦੇ ਨਾਲ ਮੁਗਾ ਸ਼ਹਿਰ ਦੇ ਪੁਰਾਣੇ ਸ਼ਹਿਰ ਦੇ ਵਿੱਚ ਆ ਕੇ ਬਸ ਗਏ ਸਨ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਲੰਡਨ ਜੁਨਟ ਦੇ ਮੁਖੀ ਅਵਤਾਰ ਸਿੰਘਾ ਖੰਡਾ ਦੇ ਅਤਵਾਦੀ ਪਿਤਾ ਕੁਲਵੰਤ ਸਿੰਘਾ ਖੁਕਰਾਨਾ ਨੂੰ ਪੁਲਿਸ ਨੇ ਬਾਗਾਪੁਰਾਣ ਦੇ ਵਿੱਚ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਸੀ ਪੰਜਾਬ ਸਰਕਾਰ ਨੂੰ ਕਰਨਾ ਪੈ ਰਿਹਾ ਹੈ ਕਈ ਮੁਸੀਬਤਾਂ ਦਾ ਸਾਹਮਣਾ ਤਾਂ ਦੋਸਤੋ ਪੰਜਾਬ ਦੀ ਮੌਜੂਦਾ ਸਰਕਾਰ ਪਿਛਲੀਆਂ ਸਰਕਾਰਾਂ ਦੇ ਵੱਲੋਂ ਲਏ ਗਏ ਇੱਕ ਫੈਸਲੇ ਦੇ ਕਾਰਨ ਪੈਦਾ ਹੋਏ ਅਲਾਤਾਂ ਤੋਂ ਬਾਅਦ ਔਖੀ ਸਥਿਤੀ ਦਾ ਸਾਹਮਣਾ ਕਰਿਆ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਦਿੱਤੇ ਇੱਕ ਨਿਰਦੇਸ਼ ਦੇ ਕਾਰਨ ਅਚਾਨਕ ਪਏ ਸੈਂਕੜੇ ਕਰੋੜਾਂ ਦੇ ਵਿੱਤੀ ਬੋਝ ਤੋਂ ਛੁਟਕਾਰਾ ਪਾਉਣ ਦੇ ਲਈ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਦਾ ਮਨ ਬਣਾ ਲਿਆ ਹੈ ਸਾਰੇ ਵਿਭਾਗਾਂ ਨੂੰ ਇੱਕ ਪਰਫਾਰਮਾ भेजा ਗਿਆ ਹੈ ਤੇ ਜਸ ਵਿੱਚ ਕੇਸ ਦੇ ਫੈਸਲੇ ਦੇ ਨਾਲ ਪ੍ਰਭਾਵਿਤ ਕਰਮਚਾਰੀਆਂ ਦੇ ਬੇਰਬੇ ਮੰਗੇ ਗਏ ਹਨ ਤੇ ਇਹ ਵੀ ਕਿਹਾ ਗਿਆ ਹੈ ਕਿ ਹਾਈ ਕੋਰਟ ਦੇ ਅਖਤਾ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਣ ਦੇ ਲਈ ਕੇਸ ਤਿਆਰ ਕੀਤੇ ਜਾ ਰਹੇ ਹਨ ਬਹਿਤਾ ਵਿਭਾਗ ਨੇ ਰਾਜ ਸਰਕਾਰ ਦੇ ਅਧੀਨ ਕੰਮ ਕਰਦੇ ਸਾਰੇ ਵਿਭਾਗਾਂ ਬੋਰਡਾਂ ਕਾਰਪੋਰੇਸ਼ਨਾਂ ਅਤੇ ਹੋਰ ਸੰਸਥਾਵਾਂ ਦੇ ਮੁਖੀਆਂ ਨੂੰ ਪੱਤਰ ਭੇਜ ਕੇ ਸੁਪਰੀਮ ਕੋਰਟ ਦੇ ਵਿੱਚ ਆਪਣਾਈ ਜਾਣ ਵਾਲੀ ਵਿਸਤ੍ਰਿਤ ਆਰਾਨੇਤੇ ਬਾਰੇ ਜਾਣੂ ਕਰਵਾਇਆ ਤੇ ਇਸ ਵਿੱਚ ਕਿਹਾ ਗਿਆ ਹੈ ਕਿ 15 ਇੱਕ 15 ਦੇ ਨੋਟੀਫਿਕੇਸ਼ਨ ਦੇ ਵਿਰੁੱਧ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਮੁਲਾਜ਼ਮਾਂ ਦੇ ਵੱਲੋਂ ਧਾਰਕ ਕਈ ਪਟੀਸ਼ਨਾਂ ਤੇ 16 ਫਰਵਰੀ 2023 ਨੂੰ ਦਿੱਤੇ ਗਏ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਸਪੈਸ਼ਲ ਹਾਲੀਵਾ ਪਟੀਸ਼ਨ ਧਾਰਕ ਕੀਤੀ ਗਈ ਹੈ ਅਜਿਹਾ ਕਰਨ ਦੇ ਲਈ ਸਬੰਧਤ ਵਿਭਾਗਾਂ ਨੇ ਵੱਲੋਂ ਹਲਪਿਆ ਬਿਆਨ ਤਿਆਰ ਕੀਤੇ ਜਾਣੇ ਚਾਹੀਦੇ ਹਨ ਤੇ ਵਿੱਤ ਵਿਭਾਗ ਨੇ ਸਾਰੇ ਵਿਭਾਗਾਂ ਨੂੰ ਧਾਇਰ ਕੀਤੇ ਜਾਣ ਵਾਲੇ ਹਲਫਿਆ ਬਿਆਨਾਂ ਦਾ ਫਾਰਮੈਟ ਵੀ ਤਿਆਰ ਕਰਕੇ ਭੇਜ ਦਿੱਤਾ ਤਾਂ ਜੋ ਕਿਤੇ ਵੀ ਕੋਈ ਤਕਨੀਕੀ ਖਾਮੀ ਨਾ ਰਵੇ ਸਰਕਾਰ ਤੁਹਾਡੇ ਦਵਾਰ ਦੇ ਵਿੱਚ ਹੁਣ ਅਧਿਕਾਰੀ ਹੋਣਗੇ ਜ਼ਿੰਮੇਵਾਰ ਮੰਤਰੀਆਂ ਦੇ ਕੋਲ ਆ ਰਹੇ ਹਨ ਛੋਟੇ ਮੋਟੇ ਕੰਮ ਸਰਕਾਰ ਹੋਈ ਨਰਾਜ ਜੀ ਹਾਂ ਦੋਸਤੋ ਪੰਜਾਬ ਸਰਕਾਰ ਦੇ ਪ੍ਰੋਗਰਾਮ ਸਰਕਾਰ ਤੁਹਾਡੇ ਦਵਾਰ ਦੇ ਵਿੱਚ ਆਉਣ ਵਾਲੀਆਂ ਸ਼ਿਕਾਇਤਾਂ ਨੂੰ ਆਧਾਰ ਬਣਾ ਕੇ ਹੁਣ ਉਹਨਾਂ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਜਿਨ੍ਹਾਂ ਅਧਿਕਾਰੀਆਂ ਨੇ ਸਮੇਂ ਸਾਰ ਆਮ ਲੋਕਾਂ ਦੇ ਕੰਮਾਂ ਨੂੰ ਨਹੀਂ ਕੀਤਾ ਹੈ ਜਿਸ ਕਾਰਨ ਉਹਨਾਂ ਨੂੰ ਸਰਕਾਰ ਤੁਹਾਡੇ ਦੁਆਰ ਦੇ ਵਿੱਚ ਕੈਬਨਟ ਮੰਤਰੀਆਂ ਦੇ ਕੋਲ ਆਪਣੀ ਪਰੇਸ਼ਾਨੀਤਾ ਰੱਖਣੀ ਪਈ ਹੈ ਪੰਜਾਬ ਸਰਕਾਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਤੋਂ ਸਖਤ ਨਾਰਾਜ਼ ਹੈ ਕਿ ਹੇਠਲੇ ਪੱਧਰ ਤੇ ਕੰਮਾਂ ਹੇਠਲੇ ਪੱਧਰ ਤੇ ਹੀ ਨਪਟਾਈ ਕਿਉਂ ਨਹੀਂ ਜਾ ਰਹੇ ਹਾਂ ਤੇ ਜਾਣਕਾਰ ਦੇ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੈਬਨਿਟ ਮੀਟਿੰਗਾਂ ਪੰਜਾਬ ਦੇ ਜਿਲ੍ਹਿਆਂ ਵਿੱਚ ਰੱਖਣ ਦੇ ਨਾਲ ਹੀ ਸਰਕਾਰ ਤੁਹਾਡੇ ਦਰਵਾਜ਼ਾ ਪ੍ਰੋਗਰਾਮ ਨੂੰ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਦੇ ਤਹਿਤ ਹਰ ਕੈਬਨਿਟਾ ਮੰਤਰੀ ਮੌਕੇ ਤੇ ਬੈਠਦੇ ਹੋਏ ਆਮ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣਨਾ ਕਿ ਉਹਦਾ ਹੱਲ ਕੱਢੇਗਾ ਪੰਜਾਬ ਵਿੱਚ ਮੱਕੀ ਦੀ ਬੰਪਰ ਫਸਲ ਪਰ ਕਿਸਾਨਨ ਨਰਾਜ ਐਮ ਐਸ ਪੀ ਦੇ ਨਾਲੋਂ ਅੱਧਾ ਮਿਲ ਰਿਹਾ ਹੈ ਰੇਟ ਨਿਆਣ ਦੋਸਤੋ ਇਸ ਵਾਰ ਪੰਜਾਬ ਦੇ ਕਿਸਾਨਾਂ ਨੇ ਫਸਲੀ ਚੱਕਰ ਦੇ ਵਿੱਚੋਂ ਨਿਕਲਣ ਦੇ ਲਈ ਮੱਕੀ ਦੀ ਬੰਪਰ ਖੇਤੀ ਕੀਤੀ ਹੈ ਇੱਕ ਨਵੀਂ ਆਸ ਅਤੇ ਉਮੀਦ ਦੇ ਨਾਲ ਮੱਕੀ ਦੇ ਪੈਦਾਵਾਰ ਵਧਾਈਆ ਹੁਣ ਇਹ ਕਿਸਾਨ ਮੰਡੀਆਂ ਦੇ ਵਿੱਚ ਇਹ ਫਸਲ ਲੈ ਕੇ ਆ ਰਹੇ ਹਨ ਪਰ ਉਹਨਾਂ ਨੂੰ ਪੂਰਾ ਭਾਅ ਨਹੀਂ ਮਿਲ ਪਾ ਰਿਹਾ ਹੈ ਸਰਕਾਰ ਦੇ ਵੱਲੋਂ ਮੱਕੀ ਦਾ ਘੱਟੋ-ਘੱਟ ਸਮਰਥਨ ਮੁੱਲ 2090 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਪਰ ਕਿਸਾਨਾਂ ਦੀ ਫਸਲ ਦੀ ਬੋਲੀ 900 ਰੁਪਏ ਪ੍ਰਤੀ ਕੁਇੰਟਲ ਤੋ ਸ਼ੁਰੂ ਹੁੰਦੇ ਆ ਤੇ ਮੁਸ਼ਕਲ ਦੇ ਨਾਲ ਕਿਸੇ ਢੇਰੀ ਦਾ ਵੱਧ ਤੋਂ ਵੱਧ ਰੇਟ ₹1700 ਪ੍ਰਤੀ ਕੁਇੰਟਲ ਤੱਕ ਲੱਗ ਰਿਹਾ ਹੈ ਇਹ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚੰਡੀਗੜ੍ਹ ਤੋਂ ਵੱਡੀ ਖਬਰ ਆਮ ਦਰਬਾਰ ਦੇ ਵਿੱਚ ਘਰਾਂ ਨੂੰ ਸੀਲ ਕਰਨ ਦਾ ਵਿਰੋਧ ਕਰਨ ਵਾਲੇ ਪੁਲਿਸ ਨੇ ਹਰਾਸਤ ਵਿੱਚ ਲਏ ਤਾਂ ਦੋਸਤੋ ਇੱਥੇ ਆਮ ਦਰਬਾਰ ਦੇ ਵਿੱਚ ਘਰਾਂ ਨੂੰ ਸੀਲ ਕਰਨ ਦਾ ਵਿਰੋਧ ਕਰੇ ਕਾਂਗਰਸ ਅਤੇ ਆਪ ਆਗੂਨ ਪੁਲਿਸ ਨੇ ਹਰਾਸਤ ਵਿੱਚ ਲੈ ਲਿਆ ਹੈ ਵਾਖਵਾਖ ਵਰਦੇ ਪਾਰਟੀਆਂ ਦੇ ਆਗੂਆਂ ਕਾਰਕੁਨਾਂ ਅਤੇ ਰਾਮਦਰਬਾਰ ਵਸਨੀਕਾਂ ਨੂੰ ਚੰਡੀਗੜ੍ਹ ਪੁਲਿਸ ਨੇ ਅਸਬੇੜੇ ਹਰਾਸਤ ਵਿੱਚ ਲੈ ਲਿਆ ਜਦੋਂ ਉਹ ਰਾਮਦਰਬਾਰ ਕੋਲੋਨੀ ਦੇ ਵਿੱਚ ਕਰਾ ਨੂੰ ਸੀਲ ਬੰਦ ਕਰਨ ਦਾ ਵਿਰੋਧ ਕਰ ਰਹੇ ਸਨ। ਸ਼੍ਰੀ ਲੱਕੀ ਨੇ ਕਿਹਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੂੰ ਮੁਨਕਤਾ ਵਾਲੀ ਪਹੁੰਚ ਅਪਣਾਉਣੀ ਚਾਹੀਦੀ ਹੈ ਅਤੇ ਸੀਲੰਗਾ ਮੋਹਮ ਨੂੰ ਰੋਕਣਾ ਚਾਹੀਦਾ ਗਰੀਬਾਂ ਤੇ ਲੋੜਵੰਦਾ ਦੀ ਮਦਦ ਲਈ ਨੀਤੀ ਬਣਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਬਰਸਾਤਾਂ ਸ਼ੁਰੂ ਹੋ ਚੁੱਕੀਆਂ ਹਨ ਤੇ ਗਰੀਬ ਕਿੱਥੇ ਜਾਣਗੇ ਜਿੰਨਾ ਦੇ ਘਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ SBI ਸਮੇਤ ਇਹਨਾਂ ਸਰਕਾਰੀਆ ਧਾਰਨਾਂ ਬੱਚੇ ਨਿਕਲੇ ਬੰਪਰ ਭਰਤੇ ਜਾਣੂ ਕਦੋਂ ਹੈ ਅਪਲਾਈ ਕਰਨ ਦੀ ਆਖਰੀ ਤਾਰੀਖ ਤਾਂ دوستੋ ਵੱਡੀ ਖਬਰ ਆ ਚੁੱਕੀ ਹੈ ਛਤੀਸਗੜ੍ਹ ਪਬਲਿਕ ਸਰਵਿਸ ਕਮਿਸ਼ਨ ਨੇ ਸਾਲ 2023 ਦੇ ਲਈ ਇੱਕ ਭਰਤੀ ਨੋਟੀਫਿਕੇਸ਼ਨ ਦਾ ਐਲਾਨ ਕੀਤਾ ਹੈ ਕਮਿਸ਼ਨ ਸਿਵਲ ਜਾਜਤ ਦੇ ਅਹੁਦੇ ਦੇ ਲਈ ਕੁੱਲ 49 ਸਮਾਂ ਨੂੰ ਭਰਨ ਦੀ ਕੋਸ਼ਿਸ਼ ਕਰਿਆ ਤੇ ਜਿਹੜੇ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੈਚਲਰ ਆਫ ਲਾਜ ਦੇ ਡਿਗਰੀ ਰੱਖਦੇ ਹਨ ਤੇ ਉਹ ਇਹਨਾਂ ਅਹੁਦਿਆਂ ਦੇ ਲਈ ਅਪਲਾਈ ਕਰ ਸਕਦੇ ਹਨ ਭਾਰਤੀ ਪ੍ਰਕਿਰਿਆ CGPSC ਦੀ ਅਧਿਕਾਰਤ ਵੈਬਸਾਈਟ pssc.cg.gov.in ਦੇ ਰਾਹੀਂ ਕੀਤੀ ਜਾ ਰਹੀ ਹੈ ਤੇ ਦਿਲਚਸਪੀ ਰੱਖਣ ਵਾਲੇ ਤੇ ਯੋਗ ਉਮੀਦਵਾਰ 24 ਜੂਨ 2023 ਦੇ ਆਖਰੀ ਮਿਤੀ ਤੋਂ ਪਹਿਲਾਂ ਆਪਣੀਆਂ ਅਰਜ਼ੀਆਂ ਆਨਲਾਈਨ ਜਮ੍ਹਾਂ ਕਰ ਸਕਦੇ ਹਨ ਤੇ ਇਸ ਤੋਂ ਇਲਾਵਾ ਭਾਰਤੀ ਸਟੇਟ ਬੈਂਕ SBI ਨੇ ਸੀਨੀਅਰ ਅਸਿਸਟੈਂਟ ਪ੍ਰੈਜ਼ੀਡੈਂਟ ਹੈੱਡ ਅਸਿਸਟੈਂਟ ਜਨਰਲ ਮੈਨੇਜਰ ਅਤੇ ਚੀਫ ਮੈਨੇਜਰ ਸਮੇਤ ਵੱਖ-ਵੱਖ ਅਹੁਦਿਆਂ ਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ ਤੇ ਬੈਂਕ ਐਸ ਭਾਰਤੀ ਦੇ ਵਿੱਚ ਕੁੱਲ 19 ਅਹੁਦਿਆਂ ਨੂੰ ਭਰੇਗਾ ਚੋਣ ਪ੍ਰਕਿਰਿਆ ਇੰਟਰਵਿਊ ਦੇ ਆਧਾਰ ਤੇ ਹੋਵੇਗੀ ਉਮੀਦਵਾਰ ਜੋ ਦਿਲਚਸਪੀ ਰੱਖਦੇ ਹਨ ਤੇ ਯੋਗਤਾ ਦੇ ਮਾਪਦੰਡਾ ਨੂੰ ਪੂਰਾ ਕਰਦੇ ਹਨ ਤੇ ਉਹ 21 ਜੂਨ 2023 ਤੱਕ ਇਹਨਾਂ ਅਹੁਦਿਆਂ ਦੇ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ ਸੀ ਆਮਾਨ ਅੱਜ ਕੇਂਦਰੀ ਮੰਤਰੀ ਹਰਦੀਪਪੁਰੇ ਦੇ ਨਾਲ ਕਰਨਗੇ ਮੀਟਿੰਗਾਂ ਵਿਕਾਸ ਕਾਰਜਾਂ ਬਾਰੇ ਹੋਵੇਗੀ ਵਿਸ਼ੇਸ਼ ਚਰਚਾ ਤਾਂ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 14 ਜੂਨ ਤੋਂ ਦਿੱਲੀ ਦੌਰੇ ਤੇ ਹਨ ਤੇ ਪਹਿਲੇ ਦਿਨ ਉਹਨਾਂ ਨੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਨਾ ਗੜਕਰੀ ਦੇ ਨਾਲ ਪੰਜਾਬ ਦੇ ਸੜਕੀ ਪ੍ਰੋਜੈਕਟਾਂ ਦੇ ਸੰਬੰਧੀ ਮੀਟਿੰਗਾਂ ਕੀਤੀ ਹੈ ਅੱਜ ਦੂਜੇ ਦਿਨ ਉਹ ਕੇਂਦਰੀ ਮੰਤਰੀ ਹਰਦੀਪ ਸਿੰਘਾਪੁਰੀ ਦੇ ਨਾਲ ਮੀਟਿੰਗਾਂ ਕਰਨਗੇ ਸੀ ਆਮਾ ਭਗਵੰਤ ਮਾਨ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘਾਪੁਰੀ ਦੀ ਮੀਟਿੰਗ ਦੁਪਹਿਰ 2:30 ਵਜੇ ਹੋਵੇਗੀ ਤੇ ਇਸ ਦੌਰਾਨ ਮਹਾਲੀ ਦੇ ਵਿਕਾਸ ਕਾਰਜਾਂ ਬਾਰੇ ਵਿਸ਼ੇਸ਼ ਗੱਲਬਾਤ ਕਰਨਗੇ ਤੇ ਹੱਦੇ ਨਾਲੀ ਸਮਾਰਟ ਸਿਟੀ ਪ੍ਰੋਜੈਕਟਾਂ ਬਾਰੇ ਵੀ ਚਰਚਾ ਹੋ ਸਕਦੀ ਹੈ ਤੇ ਇਸ ਮੀਟਿੰਗ ਦੇ ਦੌਰਾਨ ਮਾਨ ਪੰਜਾਬ ਦੇ ਕਈ ਸ਼ਹਿਰਾਂ ਨੂੰ ਸਮਾਰਟ ਸਿਟੀ ਪ੍ਰੋਜੈਕਟ ਦੇ ਨਾਲ ਜੋੜਨ ਦੀ ਮੰਗ ਕਰ ਸਕਦੇ ਹਨ ਦਾ ਸੜੀਏ ਕੇ ਸਿਆਮਾ ਭਗਵਾਨਤ ਮਾਨ ਪੰਜਾਬ ਦੇ ਮੁੱਦਿਆਂ ਲੋੜਾਂ ਤੇ ਸਮੱਸਿਆਵਾਂ ਨੂੰ ਲੈ ਕੇ ਕੇਂਦਰੀ ਮੰਤਰੀਆਂ ਦੇ ਨਾਲ ਸਮੇਂ-ਸਮੇਂ ਤੇ ਮੀਟਿੰਗਾਂ ਕਰ ਰਹੇ ਹਾਂ ਤੇ ਬਿਜਲੀ ਸੰਕਟ ਦੇ ਨਾਲ ਨਿਜਠਣਾ ਸਮੇਤ ਆਰਡੀਆ ਅਤੇ ਐਨ ਐਚ ਐਮ ਦੇ ਕਰੋੜਾਂ ਰੁਪਏ ਦੇ ਫੰਡ ਰੁਕੇ ਜਾਣ ਦੇ ਬਾਵਜੂਦ ਉਹਨਾਂ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ ਹਾਂ ਤੇ ਹੱਦੇ ਨਾਲ ਹੀ ਕੇਂਦਰ ਸਰਕਾਰ ਨੂੰ ਪੱਤਰ ਵੀ ਲਿਖਿਆ ਗਿਆ ਹੈ ਮੋਗਾ ਕੋਟਕਪੁਰਾ ਰੋਡ ਤੇ ਕਾਰ ਅਤੇ ਮੋਟਰਸਾਈਕਲ ਦੀ ਸਿੱਧੇ ਟੱਕਰ ਦੇ ਦੌਰਾਨ ਵਾਪਰਿਆ ਭਿਆਨਕਾ ਸੜਕ ਹਾਦਸਾ ਤਿੰਨ ਦੀ ਮੌਤ। ਤਾਂ ਦੋਸਤੋ ਅੱਜ ਆ ਕੋਟਕਪੁਰਾ ਮੋਗਾ ਰੋਡ ਦੇ ਨੇੜੇ ਪਾਵਰ ਹਾਊਸ ਸਿੰਘਾਂਬਾਲਾ ਦੇ ਨੇੜੇ ਭਿਆਨਕਾ ਸੜਕੀ ਹਾਦਸਾ ਵਾਪਰ ਗਿਆ ਤੇ ਜਿਸ ਵਿੱਚ ਤਿੰਨ ਵਿਅਕਤੀਆਂ ਦੀ ਦਰਦਨਾਕ ਮੌਤ ਹੋਣ ਦੀ ਖਬਰ ਹੈ। ਸਾਹਮਣੇ ਆ ਰਹੀਆਂ ਤਸਵੀਰਾਂ ਸਰ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤੇ ਜਿਸ ਨੂੰ ਮੋਗਾ ਦੇ ਸਿਬਲਾ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲੱਗ ਜਾ ਗਿਆ ਹੱਥੇ ਹੈ ਹਾਦਸਾ ਕਾਰ ਤੇ ਮੋਟਰਸਾਈਕਲ ਦੇ ਸਿੱਧੇ ਟੱਕਰ ਦੇ ਦੌਰਾਨ ਵਾਪਰਿਆ ਹੈ ਹੁਣ ਮੁਲਜ਼ਮਾਂ ਦੇ ਨਾਲ ਮਨਮਾਨੀ ਨਹੀਂ ਕਰ ਸਕੇਗੀ ਪੁਲਿਸ ਤਾਂ ਦੋਸਤੋ ਵਿਚਾਰ ਦੇ ਅਧਿਨੇ ਕੈਦੀਆਂ ਤੇ ਹਰਾਸਤਾ ਵਿੱਚ ਲੈ ਗਏ ਮੁਲਜ਼ਮਾਂ ਦੇ ਨਾਲ ਪੁਲਿਸ ਹੁਣ ਕੋਈ ਮਨਮਾਨੀ ਨਹੀਂ ਕਰ ਸਕਦੀ ਹੈ ਕਿਉਂਕਿ ਸੂਬਾ ਭਰ ਦੇ ਥਾਣਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਤੇ ਹਾਈ ਟੈਕ ਹੈ ਐਂਟੀਗ੍ਰੇਟਡ ਆ ਕਮਾਂਡ ਐਂਡ ਆ ਕੰਟਰੋਲ ਐ ਸਿਸਟਮ ਦੇ ਤਹਿਤ ਆ ਸੀਸੀਟੀਵੀ ਕੈਮਰਾ ਦੀ ਨਿਗਰਾਨੀ ਦੇ ਹੇਠਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਪੀਆਰਟੀ ਸਿਨੂ ਔਰਤਾਂ ਦੇ ਲਈ ਮੁਫਤ ਯਾਤਰਾ ਦੀ ਸਹੂਲਤਾਂ ਕਰਨਾ ਪੈ ਰਿਹਾ ਵੱਡਾ ਸਾਹਮਣਾ ਤਾਂ ਉਸ ਤੋਂ ਪੰਜਾਬ ਦੇ ਪਿਛਲੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਵੱਲੋਂ ਬਸਾਂ ਦੇ ਵਿੱਚ ਔਰਤਾਂ ਨੂੰ ਮੁਫਤ ਸਫ਼ਰ ਦੀ ਸਹੂਲਤਾਂ ਖਾਮਿਆਜਾ ਹੁਣ ਪੀਆਰਟੀ ਸਿਨੂ ਪਕਤਣਾ ਪੈ ਰਿਹਾ ਕਿਉਂਕਿ ਇਹ ਮੌਜੂਦਾ ਸਰਕਾਰ ਦੇ ਵਿੱਚ ਵੀ ਜਾਰੀਆ ਪੀਆਰਟੀਸੀ ਐਸਾ ਫਰੀ ਦੇ ਬਦਲੇ ਭਗਵੰਤ ਮਾਨ ਸਰਕਾਰ ਦੇ ਵੱਲ ਪਿਛਲੇ 6 ਮਹੀਨਿਆਂ ਦਾ 200 ਕਰੋੜ ਰੁਪਏ ਦਾ ਬਕਾਇਆਤ ਸੂਤਰਾਂ ਦੇ ਅਨੁਸਾਰ ਸੂਬੇ ਦੇ ਵਿੱਚ ਚਲਾਈਆਂ ਜਾ ਰੀਆਂ ਬੱਸਾਂ ਦੇ ਵਿੱਚ ਔਰਤਾਂ ਨੂੰ ਦਿੱਤੇ ਜਾ ਰੀ ਮਾਫਤ ਸਹੂਲਤ ਦੇ ਬਜਾਏ ਪੀਆਰਟੀਸੀ ਪੰਜਾਬ ਸਰਕਾਰ ਤੋਂ 200 ਕਰੋੜ ਰੁਪਏ ਦੀ ਬਕਾਇਆ ਵਸੂਲੀ ਹਜੇ ਬਾਕੀ ਹੈ ਤੇ ਪੀਆਰਟੀਸੀ ਦੇ ਹਾਲਤਾ ਇਹ ਹੈ ਕਿ ਨਾ ਤਾਂ ਬੱਸਾਂ ਦੇ ਮੁਰੰਮਤ ਕਰਨ ਦੇ ਲਈ ਪੈਸੇ ਹਨ ਤੇ ਨਾ ਹੀ ਟਾਇਰਾਂ ਤੇ ਹੋਰ ਸਾਮਾਨ ਖਰੀਦਣ ਦੇ ਲਈ ਪੈਸੇ। ਹੌਣ ਵਾਲੇ ਸਮੇਂ ਦੇ ਵਿੱਚ ਜੇ ਇਹ ਹਾਲਾਤ ਪੀਆਰਟੀ ਸਰ ਦੇ ਬੰਦੇ ਹੰਤਾ ਪੀਆਰਟੀ ਸਰ ਵੱਲੋਂ ਸਖਤ ਕਦਮ ਚੁੱਕਿਆ ਜਾ ਸਕਦਾ ਹੈ ਤੇ ਧਰਨਾ ਲਗਾਉਣ ਤੋਂ ਬਾਅਦ ਬੱਸਾਂ ਵਿੱਚ ਔਰਤਾਂ ਨੂੰ ਮੁਆਫਤਾ ਸਫਰ ਦੀ ਸਹੂਲਤ ਨੂੰ ਵਾਪਸ ਲੈਣ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ। ਕੇਂਦਰ ਸਰਕਾਰ ਦੇ ਵੱਲੋਂ ਦਾਲਾਂ ਦੀ ਸਟੋਰੇਜ ਲਿਮਟ ਦੇ ਉਲੰਘਣਾ ਕਰਨ ਵਾਲਿਆਂ ਤੇ ਕਾਰਵਾਈ ਦੇ ਨਿਰਦੇਸ਼ ਤਾਂ ਦੋਸਤੋ ਕੇਂਦਰ ਨੇ ਵੱਧ ਵਾਰ ਨੂੰ ਸੁਭਾ ਸਰਕਾਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਹਰ ਹਰ ਅਤੇ ਮਾਂ ਦੇ ਦਾਲ ਦੀਆਂ ਕੀਮਤਾਂ ਤੇ ਲਗਾਤਾਰ ਨਜ਼ਰ ਰੱਖਣਾ ਤੇ ਸਟੋਰੇਜ ਜਾਂ ਲਿਮਟਡ ਦੇ ਉਲੰਘਣਾ ਕਰਨ ਵਾਲਿਆਂ ਤੇ ਕਾਰਵਾਈ ਕਰਨ ਖਾਸ ਤੌਰ ਮਾਮਲਿਆਂ ਬਾਰੇ ਮੰਤਰਾਲਿਆਂ ਦੇ ਵਿੱਚ ਵਿਦੇਕ ਸਖਤ ਨਿਧੀ ਖਰੇ ਦੀ ਪ੍ਰਧਾਨਗੀ ਦੇ ਵਿੱਚ ਹੋਈ ਇੱਕ ਬੈਠਕ ਦੇ ਵਿੱਚ ਸੁਭਾ ਸਰਕਾਰਾਂ ਨੂੰ ਇਹ ਨਿਰਦੇਸ਼ ਦਿੱਤਾ ਗਿਆ ਐਸਾ ਬੈਠਕ ਦੇ ਵਿੱਚ ਆਰ ਹਰ ਅਤੇ ਮਾਂ ਦੇ ਦਾਲ ਦੇ ਸਟੋਰੇਜ ਦੀ ਜਾਣਕਾਰੀ ਦੇ ਨਾਲ ਸੂਬਾ ਸਰਕਾਰਾਂ ਦੇ ਵੱਲੋਂ ਲਗਾਈ ਗਈ ਸਟੋਰੇਜ ਲਿਮਟ ਤੇ ਅਮਲ ਦੇ ਸਮੀਖਿਆ ਕੀਤੀ ਗਈ ਬੈਠਕ ਦੇ ਵਿੱਚ ਸੂਬਿਆਂ ਦੇ ਖੁਰਾਕ ਅਤੇ ਸਬਲ ਸਪਲਾਈ ਵਿਭਾਗ ਕੇਂਦਰੀ ਬਿਰ ਹਾਊਸਿੰਗਾ ਕਾਰਪੋਰੇਸ਼ਨ ਅਤੇ ਸੂਬਾ ਬਿਰ ਹਾਊਸਿੰਗਾ ਨੈਇਮਾ ਦੇ ਪ੍ਰਤੀਨਿਧੀ ਹਾਜ਼ਰ ਸਨ ਇੱਕ ਸਰਕਾਰੀ ਬਿਆਨ ਦੇ ਮੁਤਾਬਕਾ ਬੈਠਕ ਦੇ ਵਿੱਚ ਸੂਬਾ ਸਰਕਾਰਾਂ ਨੂੰ ਕੀਮਤਾਂ ਦੇ ਲਗਾਤਾਰ ਨਗਰਾਨੀ ਕਰਨ ਅਤੇ ਸਟਾਕ ਰੱਖਣ ਵਾਲੀਆਂ ਸੰਸਥਾਵਾਂ ਦੇ ਸਟਾਕ ਦੀ ਸਥਿਤੀ ਨੂੰ ਕਸਤੀਕ ਕਰਨ ਅਤੇ ਸਟੋਰੇਜ ਲੈਂਟਾ ਦੇ ਹੁਕਮ ਦੇ ਉਲੰਘਣਾ ਕਰਨ ਵਾਲਿਆਂ ਤੇ ਸਖਤ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਹੈ। ਬੈਠਕ ਦੇ ਵਿੱਚ ਆਰਹਰ ਅਤੇ ਮਾਂ ਦੇ ਦਲ ਦੇ ਸਬੰਧ ਵਿੱਚ ਸੀਡਬਲਯੂਸੀ ਅਤੇ ਐਸਡਬਲਯੂਸੀ ਗੋਦਾਮਾਂ ਦੇ ਵਿੱਚ ਅਪਰਚੂਨਾ ਕੀਮਤਾਂ ਤੇ ਬਖਬਕ ਸਟਾਕ ਹੋਲਡਿੰਗ ਸੰਸਥਾਵਾਂ ਦੇ ਵੱਲੋਂ ਦੱਸੇ ਗਏ ਸਟਾਕ ਦੀ ਮਾਤਰਾ ਦੀ ਸਮੀਖਿਆ ਕੀਤੀ ਗਈ।